ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਦੇ ਵਿੱਚ ਅੱਜ ਮੈਂ ਗੱਲਬਾਤ ਕਰਨੀ ਚਾਹੁੰਦਾ ਸਤੀਸ਼ ਕੌਲ ਦੀ ਜ਼ਿੰਦਗੀ ਬਾਰੇ। ਇਹਨਾਂ ਦਿਨਾਂ ਵਿੱਚ ਤੁਸੀਂ ਜਾਣਦੇ ਹੋ ਕਿ ਸਤੀਸ਼ ਕੌਲ ਕਾਫੀ ਬਿਮਾਰ ਹੈ, ਲੇਕਿਨ ਸਤੀਸ਼ ਕੌਲ ਦੀ ਦੇਖਭਾਲ ਕਰਨ ਵਾਲੀ ਸੱਤਿਆ ਦੇਵੀ ਜਿਹੜੀ ਕਿ ਸਾਏ ਦੇ ਵਾਂਗ ਉਹਨਾਂ ਦੇ ਨਾਲ ਰਹਿ ਰਹੀ ਹੈ। ਲੇਕਿਨ ਯੋਗਰਾਜ ਨੇ ਬਠਿੰਡੇ ਦੇ ਵਿੱਚ ਕਾਨਫਰੰਸ ਕੀਤੀ ਹੈ ਔਰ ਯੋਗਰਾਜ ਨੇ ਇਸ ਕਾਨਫਰੰਸ ਦੇ ਵਿੱਚ ਸੱਤਿਆ ਦੇਵੀ ਦੇ ਉੱਪਰ ਵੀ ਗੰਭੀਰ ਦੋਸ਼ ਲਾਏ ਨੇ। ਲੇਕਿਨ ਇਸ ਖਬਰ ਦੀ ਪੂਰੀ ਜਾਣਕਾਰੀ ਲੈਣ ਵਾਸਤੇ ਹਰਪ੍ਰੀਤ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਆਪਣੀ। ਸੋਢੀ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਹਾਂ ਸੋਮ ਜੀ, ਮੈਂ ਦੱਸਣਾ ਚਾਹੁੰਦਾ ਕਿ ਕੱਲ ਨਾ ਯੋਗਰਾਜ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸਤੀਸ਼ ਕੌਲ ਜੀ ਨਾਲ ਰਿਲੇਟਡ ਬਠਿੰਡਾ ਵਿਖੇ ਜੀ। ਇਸ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਯੋਗਰਾਜ ਸਿੰਘ ਨੇ ਬਹੁਤ ਅਹਿਮ ਖੁਲਾਸੇ ਕੀਤੇ ਨੇ। ਯੋਗਰਾਜ ਸਿੰਘ ਜੀ ਨੇ ਸਾਫ਼ ਤੌਰ ਤੇ ਕਿਹਾ ਵੀ ਕੋਈ ਵਿਅਕਤੀ ਜੇਕਰ ਆਮ ਤੌਰ ਤੇ ਕੋਈ ਵਿਅਕਤੀ ਡਿੱਗਦਾ ਹੈ, ਠੀਕ ਹੈ, ਤਾਂ ਸਾਡਾ ਫਰਜ਼ ਬੰਦਾ ਸੀ ਉਹਨੂੰ ਉੱਪਰ ਚੱਕੀਏ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਸਤੀਸ਼ ਜੀ ਅਜਿਹੇ ਇਨਸਾਨ ਨੇ ਵੀ ਉਹਨਾਂ ਨੂੰ ਦੁਬਾਰਾ ਪਰਦੇ ਤੇ ਦੇਖਣਾ ਚਾਹੁੰਦੇ ਨੇ, ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੇ ਸਤੀਸ਼ ਜੀ ਦਾ ਬਾਥਰੂਮ ਵੀ ਉਹ ਸਾਫ਼ ਕਰਨਗੇ, ਇੰਨਾ ਕਰ ਸਕਦੇ ਨੇ ਉਹ। ਪਰ ਇਸੇ ਦੌਰਾਨ ਉਹਨਾਂ ਨੇ ਸੱਤਿਆ ਦੇਵੀ ਇੱਕ ਨਾਮ ਦੀ ਔਰਤ ਤੇ ਇਲਜ਼ਾਮ ਲਗਾਏ ਨੇ। ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਸਤੀਸ਼ ਕੌਲ ਜੀ ਨੂੰ ਫੋਨ ਕੀਤਾ ਸੀ ਵੀ ਤੁਸੀਂ ਆਓ ਮੇਰੇ ਕੋਲ, ਤੇ ਉਹ ਮੰਨ ਵੀ ਗਏ ਸੀ ਸਤੀਸ਼ ਕੌਲ ਜੀ ਆਉਣ ਲਈ। ਪਰ ਪਿੱਛੋਂ ਜਿਹੜੀ ਸੱਤਿਆ ਦੇਵੀ ਹੈ ਉਹਨਾਂ ਦੀ ਗਾਲਾਂ ਕੱਢਣ ਦੀ ਆਵਾਜ਼ ਯੋਗਰਾਜ ਸਿੰਘ ਨੂੰ ਸੁਣ ਰਹੀ ਸੀ। ਇਹ ਇਲਜ਼ਾਮ ਲਗਾਏ ਗਏ ਨੇ, ਉਹ ਕਹਿੰਦੇ ਜਿਹੜੇ ਸੱਤਿਆ ਦੀ ਹੈ ਕਹਿਣਾ ਚਾਹੁੰਦੇ ਆ ਵੀ ਸੱਤਿਆ ਦੇਵੀ ਨੇ ਯੋਗਰਾਜ ਦੇ ਮੁਤਾਬਕ ਜਾਂ ਤੁਹਾਡੀ ਜੋ ਵੀ ਨਿਊਜ਼ ਹੈ ਉਸ ਦੇ ਮੁਤਾਬਕ ਸੱਤਿਆ ਦੇਵੀ ਨੇ ਸਤੀਸ਼ ਕੌਲ ਨੂੰ ਕੈਦ ਕਰਕੇ ਰੱਖਿਆ। ਹਾਂ ਜੀ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਜਿਹੜਾ ਇਹਨਾਂ ਕੋਲ ਇੰਨਾ ਵੀ ਇਕੱਲਾ ਇੱਕ ਜਿਹੜਾ ਪੈਸਾ ਹੈ, ਪੈਸਾ ਮੈਟਰ ਨਹੀਂ ਹੈ, ਸਤੀਸ਼ ਕੌਲ ਜੀ ਲਈ ਪੈਸਾ ਉਹਨਾਂ ਨੂੰ ਪੰਜਾਬ ਸਰਕਾਰ ਨੇ ਵੀ ਦਿੱਤਾ ਹੈ, 30 ਲੱਖ ਰੁਪਏ ਉਹਨਾਂ ਨੂੰ ਬਾਦਲ ਨੇ ਵੀ, ਸੁਖਬੀਰ ਬਾਦਲ ਜੀ ਨੇ ਵੀ ਦਿੱਤਾ ਹੈ, ਕੋਠੀ ਵੀ ਮਿਲ ਗਈ ਕੈਪਟਨ ਸਰਕਾਰ ਵੱਲੋਂ, ਪਰ ਉਹਨਾਂ ਨੂੰ ਸਾਫ਼ ਤੌਰ ਤੇ ਜੇਲ੍ਹ ਦੇ ਕੈਦੀਆਂ ਰੱਖਿਆ ਜਾ ਰਿਹਾ ਹੈ। ਲੇਕਿਨ ਸੱਤਿਆ ਦੇਵੀ ਦਾ ਪੂਰਾ ਕੰਟਰੋਲ ਹੈ ਉਸ ਤੇ। ਲੇਕਿਨ ਸੋਢੀ ਜੀ, ਪੈਸਾ ਇੰਨਾ ਆਇਆ ਲੇਕਿਨ ਗਿਆ ਕਿੱਥੇ? ਗੱਲ ਸਰ ਉਹਨਾਂ ਨੇ ਕਲੀਅਰ ਕੀਤੀ ਹੈ ਵੀ ਉਹਨਾਂ ਦੇ ਅਕਾਊਂਟ 'ਚ ਇੰਨੇ ਪੈਸੇ ਨੇ, ਤੇ ਉਹ ਪੈਸਾ ਜਾ ਕਿੱਥੇ ਰਿਹਾ ਉਹ ਕਹਿੰਦੇ ਮੈਂ ਨਹੀਂ, ਮੈਨੂੰ ਨਹੀਂ ਪਤਾ ਵੀ ਕਿੰਨੇ ਪੈਸੇ ਜੋ ਯੋਗਰਾਜ ਜੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਉਹਨਾਂ ਨੇ ਕਿਹਾ। ਪਰ ਜਿਹੜੇ ਫਿਰ ਵੀ ਜੇ ਇੰਨਾ ਪੈਸਾ ਆ ਗਿਆ ਤਾਂ ਸਤੀਸ਼ ਕੌਲ ਜੀ ਖੁਸ਼ ਕਿਉਂ ਨਹੀਂ ਹੈ? ਉਹ ਮਾਨਸਿਕ ਤੌਰ ਤੇ ਉੱਦਾਂ ਹੀ ਕਿਉਂ ਬਿਮਾਰ ਦਿਖ ਰਹੇ ਆ? ਕਹਿੰਦੇ ਮੇਰਾ ਮਤਲਬ ਹੈ ਸੱਚ ਨੂੰ ਅੱਗੇ ਲਿਆਉਣਾ, ਮੈਂ ਸਤੀਸ਼ ਕੌਲ ਜੀ ਨੂੰ ਦੁਬਾਰਾ ਪਰਦੇ ਲੈ ਕੇ ਜਾਣਾ ਚਾਹੁੰਦਾ, ਤੇ ਉਹ ਸਾਫ਼ ਤੌਰ ਤੇ ਸੱਤਿਆ ਦੇਵੀ ਦੇ ਇਲਜ਼ਾਮ ਲਗਾ ਰਿਹਾ ਵੀ ਉਹਨਾਂ ਨੂੰ ਕੈਦ ਵਾਰ ਰੱਖਿਆ ਹੋਇਆ ਤੇ ਉਹ ਪੈਸਾ ਉਹਨਾਂ ਤੇ ਯੂਜ਼ ਨਹੀਂ ਕੀਤਾ ਜਾ ਰਿਹਾ। ਜਿਹਨਾਂ ਕਾਰਨਾਂ ਕਰਕੇ ਨਹੀਂ ਪੈਸਾ ਆਇਆ ਸੀ ਉਹ ਪੈਸਾ ਉੱਥੇ ਯੂਜ਼ ਨਹੀਂ ਹੋ ਰਿਹਾ। ਸੋਢੀ ਜੀ, ਬਹੁਤ ਬਹੁਤ ਮਿਹਰਬਾਨੀ। ਬਿਲਕੁਲ ਜੀ, ਔਰ ਸਤੀਸ਼ ਕੌਲ ਨੂੰ ਚਾਹੁਣ ਵਾਲਾ ਹਰ ਸ਼ਖਸ ਕੁਛ ਨਾ ਕੁਛ ਜਿੰਨੀ ਵੀ ਉਹਨਾਂ ਦੀ ਹੈਸੀਅਤ ਹੈ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ। ਅਕਾਊਂਟ ਨੰਬਰ ਉਹਨਾਂ ਨੇ ਆਪਣਾ ਦਿੱਤਾ ਹੋਇਆ ਹੈ, ਪੈਸੇ ਦਾ ਗਲਤ ਇਸਤੇਮਾਲ ਹੋ ਰਿਹਾ, ਪੂਰੀ ਦੀ ਪੂਰੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਤੁਸੀਂ ਖੁਦ ਸੁਣ ਸਕਦੇ ਹੋ। ਮੈਂ ਦੇਖੋ ਇੱਕੋ ਗੱਲ ਚਾਹੁੰਦਾ, ਕੋਈ ਵੀ ਹੋਵੇ, ਸਤੀਸ਼ ਕੌਲ ਜੀ ਹੋਣ ਕੋਈ ਹੋਵੇ, ਆਪਣਾ ਫਰਜ਼ ਬਣਦਾ ਕਿ ਜਿਹੜਾ ਬੰਦਾ ਡਿੱਗਿਆ ਨੂੰ ਆਪਾਂ ਚੱਕੀਏ, ਠੀਕ ਹੈ। ਮੈਂ ਜੋ ਉੱਥੇ ਗਿਆ ਸੀ ਉਹ ਬਹੁਤ ਢਿੱਲੇ ਸੀ, ਔਰ ਅੱਜ ਵੀ ਮੈਂ ਚਾਹੁੰਦਾ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਸਿਰਫ ਇਹੀ ਕਰਨਾ ਚਾਹੁੰਦਾ ਕਿ ਸਤੀਸ਼ ਜੀ ਨੂੰ ਮੈਂ ਪਰਦੇ ਦੇ ਸਾਹਮਣੇ ਲਿਆਉਣਾ ਚਾਹੁੰਦਾ। ਮੈਂ ਉਹਨਾਂ ਦਾ ਬਾਥਰੂਮ ਵੀ ਸਾਫ਼ ਕਰ ਲਊਂ, ਉਹਨਾਂ ਨੂੰ ਨਵਾਬ ਵੀ ਦਊਂਗਾ, ਸਾਡੇ ਸਾਰੇ ਇਕੱਠੇ ਹੋ ਕੇ ਸਭ ਕੁਛ ਕਰ ਲਾਂਗੇ। ਉਹਨਾਂ ਦੀ ਖੁਸ਼ੀ ਕੈਮਰੇ ਦੇ ਸਾਹਮਣੇ, ਜਿਹੜੀ ਕਿ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ, ਕੋਈ ਡਾਕਟਰ ਉਹਨੂੰ ਠੀਕ ਨਹੀਂ ਕਰ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਕੋਈ ਵੀ ਬੰਦਾ, ਮੈਂ ਉਹਨੂੰ ਲਿਆਉਣ ਨੂੰ ਤਿਆਰ ਹਾਂ, ਆਪਣੇ ਕੋਲ ਰੱਖਣ ਨੂੰ ਤਿਆਰ ਹਾਂ, ਮੈਂ ਟੈਲੀਫੋਨ ਵੀ ਕੀਤਾ, ਪਰ ਪਤਾ ਨਹੀਂ ਕਿਉਂ ਸੱਤਿਆ ਦੇਵੀ ਜੀ ਉਹਨੂੰ ਉੱਥੋਂ ਆਉਣ ਨਹੀਂ ਦਿੰਦੇ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਰਿਹਾ, ਮੈਂ ਟੈਲੀਫੋਨ ਕੀਤਾ ਸੀ, ਸਤੀਸ਼ ਕਹਿੰਦਾ ਹਾਂ ਮੈਨੂੰ ਮੁਝੇ ਕੱਲ੍ਹ ਆ ਕੇ ਲੈ ਜਾਓ, ਗਾੜੀ ਭੇਜ ਦਿਉ, ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕੱਢੀਆਂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂ, ਔਰ ਸਤੀਸ਼ ਰੋ ਪਿਆ। ਮੈਂ ਕੀ ਗੱਲ ਹੈ ਦੱਸ ਮੈਨੂੰ, ਪਰ ਮੈਂ ਫਿਰ ਵੀ ਕਹਿੰਦਾ ਤੁਸੀਂ ਸਾਰੇ ਜਾਓ, ਉਹਦਾ ਦੁੱਖ ਦਰਦ ਵੰਡਾਓ, ਅੱਜ ਉਹਦੇ ਕੋਲ ਪੈਸੇ ਆ ਰਹੇ। ਗੱਲ ਸੁਣੋ, ਪੈਸੇ ਅਤੇ ਅਮੀਰ ਹੋਣ ਨਾਲ ਬੰਦਾ ਜ਼ਿੰਦਗੀ ਠੀਕ ਨਹੀਂ ਹੁੰਦਾ, ਉਹਨੂੰ ਵਾਤਾਵਰਨ ਚਾਹੀਦਾ ਠੀਕ ਹੋਣ ਵਾਸਤੇ। ਸਤੀਸ਼ ਕੌਲ ਕੈਮਰੇ ਤੋਂ ਬੜਾ ਦੂਰ ਹੋ ਗਿਆ,
ਮੈਂ ਸ਼ਰਤ ਲਾ ਕੇ ਕਹਿੰਦਾ ਆਪਾਂ ਸਾਰੇ ਮਿਲ ਕੇ ਉਹਨੂੰ ਫਿਲਮ ਇੰਡਸਟਰੀ 'ਚ ਲੈ ਆਈਏ, ਬੇਸ਼ੱਕ ਉਹਨੂੰ ਸ਼ੂਟਿੰਗ 'ਤੇ ਬਿਠਾ ਕੇ ਰੋਲ ਵੀ ਨਾ ਦਈਏ, ਉਹਨੂੰ ਕਹੀਏ ਆਵਾ ਆ ਵੀ ਹਾਸਾ ਖੇਡਾ ਕਰੀਏ, ਸਾਰਿਆਂ ਨਾਲ ਮਿਲਾਈਏ, ਉਹ ਬਿਲਕੁਲ ਠੀਕ ਹੋ ਜਾਏਗਾ, ਉਹਦੀ ਉਮਰ ਵੀ ਠੀਕ ਹੋ ਜਾਊਗੀ, ਪੈਸੇ ਵੀ ਆ ਰਹੇ ਹੈ, ਪੈਸੇ ਦੀ ਗੱਲ ਨਹੀਂ ਹੁੰਦੀ, ਗੱਲ ਪਿਆਰ ਦੀ ਹੁੰਦੀ ਹੈ। ਆ ਮੇਰੀ ਵਾਈਫ ਹੈ, ਮੈਂ ਦੱਸਦਾ ਤੁਹਾਨੂੰ, ਮੈਂ ਦੱਸਦਾ ਇਹਨਾਂ ਨੇ ਜੋ ਜ਼ਿੰਦਗੀ ਦੇ ਵਿੱਚ ਕੀਤਾ ਹੈ, ਸਾਰੇ ਮਾਂ ਬਾਪ ਦਾ, ਸਾਰੇ ਰਿਸ਼ਤੇਦਾਰਾਂ ਦਾ, ਸਾਰਿਆਂ ਦਾ, ਜਿੰਨੇ ਵੀ ਬੰਦੇ ਨੂੰ ਡਿੱਗਿਆਂ ਨੂੰ ਚੱਕਿਆ, ਐਦਾਂ ਇੱਕ ਹੋਣਾ ਚਾਹੀਦਾ। ਹੁਣ ਬਾਕੀ ਰਹਿ ਗਈ ਪੈਸੇ ਦੀ ਗੱਲ, ਸਤੀਸ਼ ਕੌਲ ਜੀ ਨੂੰ ਅਰਬਾਂ ਖਰਬਾਂ ਰੁਪਈਆ ਆਵੇ, ਰੱਬ ਉਹਨੂੰ ਚੜ੍ਹਦੀ ਕਲਾ 'ਚ ਰੱਖੇ, ਉਹ ਜਿਹੜੇ ਉਹਨਾਂ ਨੂੰ ਹੈਂਡਲ ਕਰ ਰਹੇ ਨੇ, ਜਿਹੜਾ ਉਹਨਾਂ ਦਾ ਅਕਾਊਂਟ ਹੈਂਡਲ ਹੋ ਰਿਹਾ ਹੈ, ਉਹ ਸੱਤਿਆ ਦੇਵੀ ਜੀ ਕਰ ਰਹੇ ਹੈ। ਉਹਨਾਂ ਕੋਲ ਅਕਾਊਂਟ ਨੰਬਰ ਮੈਂ ਮੰਗਿਆ ਸੀ, ਮੈਂ ਕਿਹਾ ਜੀ ਲੋਕਾਂ ਨੇ ਪੈਸੇ ਪਾਉਣੇ ਹੁੰਦੇ ਆ, ਬਾਹਰੋਂ ਕਿਸੇ ਨੇ ਡਰਾਫਟ ਭੇਜਣਾ ਹੁੰਦਾ, ਤੁਸੀਂ ਸਾਨੂੰ ਨੰਬਰ ਦਿਓ, ਨੰਬਰ ਦਿੱਤਾ ਨਹੀਂ, ਫਿਰ ਜਾ ਕੇ ਬੰਦਾ ਭੇਜ ਕੇ ਨੰਬਰ ਲਿਆਂਦਾ, ਉਹ ਅਕਾਊਂਟ ਨੰਬਰ ਮੇਰੇ ਕੋਲ ਪਿਆ, ਪੈਸੇ ਉਹਨਾਂ ਕੋਲ ਜਾ ਰਹੇ ਨੇ। ਪਰ ਮੈਂ ਪੁੱਛਣਾ ਚਾਹੁੰਦਾ ਜੀ ਪੈਸੇ ਉਹਨਾਂ ਕੋਲ ਜਾ, ਇੱਕ ਮਿੰਟ ਗੱਲ ਸੁਣ ਲਓ, ਜੇ ਪੈਸੇ ਉਹਨਾਂ ਕੋਲ ਜਾ ਰਹੇ ਨੇ ਤਾਂ ਫਿਰ ਉਹ ਪੈਸੇ ਉਹਨਾਂ ਦੀ ਸਿਹਤ 'ਤੇ ਖਰਚ ਜੇ ਹੋ ਰਹੇ ਨੇ ਤਾਂ ਸਤੀਸ਼ ਕੌਰ ਠੀਕ ਕਿਉਂ ਨਹੀਂ ਹੋ ਰਿਹਾ, ਕਿਉਂ ਉਹਨੂੰ ਜੇਲ੍ਹ ਦੀ ਤਰ੍ਹਾਂ ਰੱਖਿਆ ਜਾ ਰਿਹਾ, ਕਿਉਂ ਉੱਥੇ ਰਹਿ ਰਿਹਾ? ਔਰ ਉਹਦੇ ਕੋਲ ਜਾਓ, ਮੈਂ ਠੀਕ ਹਾਂ, ਮੈਂ ਖੁਸ਼ ਹਾਂ, ਮੈਂ ਉਹਨੂੰ ਲਿਆਉਣਾ ਚਾਹੁੰਦਾ, ਆਪਣੇ ਕੋਲ ਰੱਖਣਾ ਚਾਹੁੰਦਾ। ਮੇਰੀ ਵਾਈਫ ਨੇ ਕਿਹਾ ਆਪਾਂ ਆਪਣੇ ਕੋਲ ਲੈ ਕੇ ਆਉਂਦੇ ਹਾਂ, ਫਿਰ ਕੀ ਹੋ ਗਿਆ, ਜਿੱਥੇ ਚਾਰ ਰਹਿੰਦੇ ਉੱਥੇ 10 ਹੋਰ ਰਹਿ ਲੈਣਗੇ, ਕੋਈ ਫਰਕ ਨਹੀਂ ਪੈਂਦਾ। ਪਰ ਹੁਣ ਜੇ ਅਗਲਾ ਨਹੀਂ ਆਉਣਾ ਚਾਹੁੰਦਾ ਤਾਂ ਦੱਸੋ ਮੈਂ ਕੀ ਕਰਾਂ, ਕਿੰਨਾ ਪੈਸਾ ਉਹਨਾਂ ਕੋਲ ਜਾ ਕੇ ਕਿਹਾ? ਹੁਣ ਮੈਂ ਕਿਹੜਾ ਜੀ ਉੱਥੇ ਕਾਊਂਟਰ ਲੱਗੇ ਆ, ਨਾ 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 ਨਾ, ਮੇਰੇ ਹਿਸਾਬ ਨਾਲ ਬਹੁਤ ਪੈਸਾ, 30 ਲੱਖ ਰੁਪਏ ਸੁਖਬੀਰ ਬਾਦਲ ਨੇ ਦੇ ਤਾ, ਠੀਕ ਹੈ, ਕਿਸੇ ਨੇ 5 ਦੇ ਤਾ, ਕਿਸੇ ਨੇ 10 ਦੇ ਤਾ, ਮੈਨੂੰ ਦੱਸੋ ਆਈਡੀਆ ਜੀ। ਮੇਰਾ ਖਿਆਲ 50-60-70 ਲੱਖ ਰੁਪਏ ਆ ਹੀ ਗਿਆ ਹੋਣਾ, 15-15 ਲੱਖ ਰੁਪਏ, ਨਹੀਂ 5 ਲੱਖ ਰੁਪਏ ਕੈਪਟਨ ਸਾਹਿਬ ਦਿੱਤਾ, ਔਰ ਕੋਠੀ ਵੀ ਦਿੱਤੀ ਹੈ, ਅਤੇ ਫਿਰ ਵੀ ਜੇ ਉਹ ਠੀਕ ਨਹੀਂ ਹੋ ਰਿਹਾ, ਉਹਦੀ ਖੁਰਾਕ ਕੈਮਰਾ ਹੈ ਅਤੇ ਉਹਨੂੰ ਕੈਮਰੇ ਸਾਹਮਣੇ ਲਿਆਓ, ਮੇਰੀ ਬੇਨਤੀ ਹੈ, ਉਹ ਠੀਕ ਹੋ ਜਾਏ। ਪੈਸੇ ਦਾ ਮਿਸਯੂਜ਼ ਹੋ ਰਿਹਾ ਹੈਗਾ? ਮੈਂ ਤੁਸੀਂ ਆਪ ਚੈੱਕ ਕਰੋ ਜਾ ਕੇ, ਮੈਨੂੰ ਲੱਗਦਾ ਮਿਸਯੂਜ਼ ਹੋ ਰਿਹਾ, ਕਿਉਂਕਿ ਜੇ ਇਕੱਲੇ ਬੰਦੇ ਨੂੰ ਦਿਖਾਉਣਾ ਹੋਵੇ ਤਾਂ ਕੱਪੜੇ ਚੰਗੇ, ਲੀੜੇ ਚੰਗੇ, ਉਹ ਤਾਂ ਐਂ ਰਹਿੰਦਾ ਉੱਥੇ ਜਿਵੇਂ ਕੋਈ ਜੇਲ੍ਹ ਰਹਿੰਦਾ, ਜੇਲ੍ਹ 'ਚ ਬੰਦੇ ਰਹਿੰਦੇ ਹੁੰਦੇ ਆ, ਤਾਂ ਤੁਸੀਂ ਜਾਓ ਸਾਰੇ ਲੈ ਕੇ ਆਓ, ਤੁਹਾਡਾ ਆਪਣਾ ਫਰਜ਼ ਬਣਦਾ ਸਾਰਿਆਂ ਦਾ, ਪ੍ਰੈਸ ਵਾਲਿਆਂ ਦਾ, ਕਿ ਜਾ ਕੇ ਪੁੱਛੋ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।